ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਸੰਗਰੂਰ। ਦੋਸਤੋ, ਫਤਿਹਵੀਰ ਜਿਹੜੀ ਜੰਗ ਹਾਰ ਚੁੱਕਾ ਹੈ, ਲੇਕਿਨ ਬਹੁਤ ਸਾਰੇ ਸਵਾਲ ਖੜ੍ਹੇ ਕਰ ਗਿਆ ਕਿ ਆਖਰ ਜੰਗ ਹਾਰਨ ਦੇ ਪਿੱਛੇ ਕੀ ਕਾਰਨ ਰਹੇ ਨੇ। ਜੇਕਰ ਮੌਕੇ 'ਤੇ ਸਾਰਾ ਕੁਛ ਠੀਕ ਤਰੀਕੇ ਨਾਲ ਹੋ ਜਾਂਦਾ ਤਾਂ ਸ਼ਾਇਦ ਆਪਾਂ ਟਾਈਟਲ ਇਹ ਦੇਣਾ ਸੀ ਕਿ ਫਤਿਹਵੀਰ ਨੇ ਜੰਗ ਨੂੰ ਫਤਿਹ ਕਰ ਲਿਆ ਹੈ। ਲੇਕਿਨ ਸ਼ਬਦਾਂ ਦੇ ਏੜ ਗੇੜ ਵਿੱਚ ਕਿਤੇ ਨਾ ਕਿਤੇ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੇ ਨਿਸ਼ਾਨੇ 'ਤੇ ਹੈ। ਅੱਜ ਫਤਿਹਵੀਰ ਨੂੰ ਮਤਲਬ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ, ਪੰਜਾਂ ਤੱਤਾਂ ਵਿੱਚ ਉਹਨਾਂ ਨੂੰ ਵੈਲੂਇਨ ਕਰ ਦਿੱਤਾ ਗਿਆ ਹੈ। ਲੇਕਿਨ ਵੱਡੀ ਖਬਰ ਇਹ ਹੈ ਕਿ ਕਿਸੇ ਨੇ ਵੀ ਕਿਸੇ ਆਲੇ ਦੁਆਲੇ ਦੇ ਨੇਤਾਵਾਂ ਨੂੰ ਉੱਥੇ ਨੇੜੇ ਫੜਕਣ ਨਹੀਂ ਦਿੱਤਾ। ਕਿਸ ਤਰ੍ਹਾਂ ਦਾ ਰਿਹਾ ਮਾਹੌਲ ਉਸ ਸਮੇਂ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਜਗਤਾਰ ਬਾਬਾ ਜੀ ਸੰਗਰੂਰ ਤੋਂ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਅਪਡੇਟ। ਬਾਬਾ ਜੀ, ਕਿਸ ਤਰ੍ਹਾਂ ਦੀ ਮਾਹੌਲ ਹੈ ਜਦੋਂ ਅੰਤਮ ਸੰਸਕਾਰ ਕੀਤਾ ਗਿਆ, ਤਾਂ ਕਿਸ ਤਰ੍ਹਾਂ ਦਾ ਮਾਹੌਲ ਰਿਹਾ? ਸੋਮ ਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਮਾਹੌਲ ਸੀ ਬਹੁਤ ਗਮਗੀਨ, ਤੇ ਹਰ ਜਿਹੜਾ ਇਨਸਾਨ ਦੀਆਂ ਅੱਖਾਂ ਨਮ, ਤੇ ਪਰਿਵਾਰ ਦੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ, ਮਾਂ ਪਿਓ ਤਾਂ ਇੱਕ ਤਰ੍ਹਾਂ ਦੇ ਬੇਹੋਸ਼ੀ ਦੀ ਜਿਹੜੀ ਹਾਲਤ ਦੇ ਵਿੱਚ ਪਏ ਨੇ। ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਦੱਸ ਦੇਵਾਂ ਵੀ ਜਿਵੇਂ ਅੱਜ ਦੇ ਦਿਨ 2 ਸਾਲ ਪਹਿਲਾਂ ਜਦੋਂ ਫਤਿਹਵੀਰ ਨੇ ਜਨਮ ਲਿਆ ਸੀ ਤਾਂ ਉਸ ਸਮੇਂ ਇਸ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਹੋਣਗੀਆਂ। ਅੱਜ ਦਾ ਦਿਨ ਹੀ ਉਹ ਬਣ ਗਿਆ ਵੀ ਜਿਹੜਾ ਫਤਿਹਵੀਰ ਵਾਸਤੇ ਵੀ ਇੱਕ ਨਾ ਭੁੱਲਣ ਵਾਲਾ ਦਿਨ, ਇੱਕ ਜਨਮ ਦਿਨ ਹੁੰਦਾ ਹੈਗਾ, ਉਸੇ ਦਿਨ ਹੀ ਜਿਹੜਾ ਆਪਾਂ ਕਹਿ ਲਈਏ ਫਤਿਹਵੀਰ ਦਾ ਅਗਲੇ ਦਿਨ ਉਹਦਾ ਜਿਹੜਾ ਡੈਥ ਦਾ ਮਰਨ ਦਿਨ ਦਾ ਹੋ ਗਿਆ, ਸਬੱਬ ਬਣ ਗਿਆ 2 ਸਾਲ ਬਾਅਦ। ਤੇ ਅੱਜ ਜੋ ਵੀ ਸ਼ਮਸ਼ਾਨ ਘਾਟ ਦੇ ਵਿੱਚ ਫਤਿਹਵੀਰ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਲੋਕਾਂ ਦਾ ਐਡਾ ਹਜ਼ੂਮ ਸੀ ਵੀ ਲੱਗਦਾ ਸੀ ਵੀ ਕਿਤੇ ਕੋਈ ਨਾ ਕੋਈ ਕੁਛ ਗਲਤ ਹੋਣ ਦਾ ਵੀ ਲੱਗਦਾ ਸੀ ਵੀ ਹੋ ਸਕਦੇ ਕੋਈ ਗੜਬੜ ਵੀ ਕਰ ਸਕਦੇ ਨੇ। ਲੋਕਾਂ ਦੇ ਵਿੱਚ ਗੁੱਸਾ ਹੀ ਇੰਨਾ ਜ਼ਿਆਦਾ ਸੀ ਸਰਕਾਰ ਪ੍ਰਤੀ ਤੇ ਲੋਕਲ ਪ੍ਰਸ਼ਾਸਨ ਪ੍ਰਤੀ ਵੀ ਹੋ ਸਕਦਾ ਵੀ ਜੇ ਅੱਜ ਕਿਤੇ ਕੋਈ ਮੰਤਰੀ ਜਾਂ ਕੋਈ ਲੀਡਰ ਉਹਨਾਂ ਨੂੰ ਦਿਖ ਜਾਂਦਾ ਵੀ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਸੀ। ਪਰ ਫਤਿਹਵੀਰ ਦਾ ਜਿਹੜਾ ਸੰਸਕਾਰ ਹੈਗਾ ਉਹ ਹੋਇਆ, ਜਿਉਂ ਹੀ ਫਤਿਹਵੀਰ ਨੂੰ ਅਗਨੀ ਭੇਟ ਕੀਤਾ ਤਾਂ ਲੋਕਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਤੇ ਲੋਕਲ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਹੈਗੀ ਜਿਹੜੀ ਬਹੁਤ ਜ਼ਬਰਦਸਤ ਕਰ ਦਿੱਤੀ ਤੇ ਹਰ ਇੱਕ ਦੀ ਜਵਾਨ ਦੇ ਵਿੱਚ ਇਹੀ ਸੀ ਵੀ ਜੇਕਰ ਸਰਕਾਰ ਨੇ ਵਧੀਆ ਪ੍ਰਬੰਧ ਕੀਤੇ ਹੁੰਦੇ ਤਾਂ ਸਾਨੂੰ ਅੱਜ ਇਹ ਜਿਹੜੀ ਸ਼ਮਸ਼ਾਨ ਘਾਟ ਦੇ ਵਿੱਚ ਚਿਤਾ ਜਲ ਰਹੀ ਹੈ ਫਤਿਹਵੀਰ ਦੀ ਹੋ ਸਕਦਾ ਨਾ ਦੇਖਣੀ ਮਿਲਦੀ। ਬਾਬਾ ਜੀ, ਵੱਡੀ ਗੱਲ ਇਹ ਹੈ ਕਿ ਸਰਕਾਰ ਇਸ ਸਾਰੀ ਘਟਨਾ ਤੋਂ ਕੋਈ ਸਬਕ ਲਏਗੀ, ਤੁਹਾਨੂੰ ਕੀ ਲੱਗਦਾ, ਕੋਈ ਸਬਕ ਲਏਗੀ ਜਾਂ ਇਸੇ ਤਰ੍ਹਾਂ ਹੀ ਇਹ ਸਾਰਾ ਸਿਲਸਿਲਾ ਚੱਲਦਾ ਰਹੇਗਾ? ਮੈਨੂੰ ਸੁਣ ਜੀ ਲੱਗਦਾ ਵੀ ਸਰਕਾਰਾਂ ਦੇਖੋ ਕੋਈ ਹਰ ਕਦੇ ਅਕਾਲੀ ਸਰਕਾਰ ਆ ਗਈ, ਕਦੇ ਬੀਜੇਪੀ ਆ ਗਈ, ਕਦੇ ਕਾਂਗਰਸ ਆ ਗਈ, ਸਰਕਾਰਾਂ ਦੇ ਤਾਂ ਮੈਨੂੰ ਐ ਲੱਗਦਾ ਵੀ ਸਿਰ ਤੇ ਜੂੰ ਤੱਕ ਨਹੀਂ ਸਰਕੀ, ਕਿਉਂਕਿ ਇਹ ਜਿਹੜਾ ਕੋਈ ਘਟਨਾਵਾਂ ਜਿਹੜੀਆਂ ਹੋ ਚੁੱਕੀਆਂ ਨੇ ਪੰਜਾਬ ਹਰਿਆਣਾ ਦੇ ਵਿੱਚ, ਹੋਰ ਵੀ ਕਈ ਥਾਵਾਂ ਦੇ ਵਿੱਚ ਹੋ ਚੁੱਕੀਆਂ, ਪਰ ਆਪਣੇ ਜਿਹੜਾ ਪੰਜਾਬ ਦੇ ਵਿੱਚ ਕਿੰਨੀਆਂ ਘਟਨਾਵਾਂ ਹੋ ਗਈਆਂ ਪਰ ਪੰਜਾਬ ਸਰਕਾਰ ਨੇ ਕਿਸੇ ਵੀ ਘਟਨਾ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਸਬਕ ਨਹੀਂ ਲਿਆ, ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਨੇ ਅਫਸੋਸ ਨਹੀਂ ਕੀਤਾ ਹੈਗਾ। ਤੇ ਮੈਨੂੰ ਤਾਂ ਅੱਗੇ ਤੋਂ ਵੀ ਇਹੀ ਲੱਗਦਾ ਹੈਗਾ ਵੀ ਸ਼ਾਇਦ ਇੱਕ ਦੋ ਦਿਨ ਧਰਨੇਬਾਜ਼ੀ ਹੋਊ, ਨਾਅਰੇਬਾਜ਼ੀ ਹੋਊਗੀ, 2-4 ਦਿਨਾਂ ਨੂੰ ਹੋ ਸਕਦਾ ਵੀ ਭੋਗ ਤੱਕ ਜਿਹੜਾ ਇਹ ਸਿਲਸਿਲਾ ਜਾਰੀ ਰਹੂਗਾ ਤੇ ਵੀ ਉਦੋਂ ਬਾਅਦ ਸਰਕਾਰ ਵੀ ਭੁੱਲ ਜੂਗੀ ਤੇ ਲੋਕ ਵੀ ਭੁੱਲ ਜਾਣਗੇ। ਲੋਕ ਫਿਰ ਇਹਨਾਂ ਲੀਡਰਾਂ ਦੇ ਮਗਰ ਲੱਗ ਜਾਂਦੇ ਨੇ, ਪਤਾ ਨੀ ਕੀ ਉਹ ਗਿੱਦੜ ਸਿੰਘੀ ਦਿੰਦੇ ਨੇ। ਜਿਹੜਾ ਅੱਜ ਗੁੱਸਾ ਹੈਗਾ ਲੋਕਾਂ ਦੇ ਵਿੱਚ, ਉਸ ਟਾਈਮ ਤੇ ਉਹ ਗੁੱਸਾ ਜਿਹੜਾ ਹੈਗਾ ਉਹ ਸਭ ਭੁਲਾ ਚੁੱਕੇ ਹੁੰਦੇ ਨੇ। ਬਿਲਕੁਲ ਬਾਬਾ ਜੀ, ਤੁਸੀਂ ਬਿਲਕੁਲ ਕਲੀਅਰ ਕੱਟ ਗੱਲ ਕਰ ਦਿੱਤੀ ਕਿ ਮਤਲਬ ਕੁਛ ਦਿਨ ਇਹ ਸਾਰਾ ਕੁਛ ਰਹੇਗਾ, ਨਾਅਰੇਬਾਜ਼ੀ ਹੋਏਗੀ, ਨੇਤਾਵਾਂ ਦੇ ਖਿਲਾਫ ਗੁੱਸਾ ਹੋਏਗਾ, ਲੇਕਿਨ ਹੌਲੀ ਹੌਲੀ ਇਹ ਗੁੱਸਾ ਬਿਲਕੁਲ ਸ਼ਾਂਤ ਹੋ ਜਾਏਗਾ ਔਰ ਫਤਿਹਵੀਰ ਜਿਨ੍ਹਾਂ ਦਾ ਗਿਆ ਹੈ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ ਰਹੇਗਾ ਔਰ ਬਾਕੀ ਜ਼ਿੰਦਗੀ ਆਮ ਵਾਂਗ ਚੱਲਣੀ ਸ਼ੁਰੂ ਹੋ ਜਾਏਗੀ। ਔਰ ਬਾਬਾ ਜੀ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਕਿ ਅੱਜ
ਆਵਾਮ ਨੂੰ ਇਸ ਮਤਲਬ ਕਹਿ ਸਕਦੇ ਕਿ ਭੀੜ ਨੂੰ ਜੇ ਕੋਈ ਨੇਤਾ ਮਿਲ ਜਾਂਦਾ ਤਾਂ ਸ਼ਾਇਦ ਉਹ ਆਪੇ 'ਚੋਂ ਬਾਹਰ ਹੋ ਜਾਂਦੇ, ਕਿਉਂਕਿ ਗੁੱਸਾ ਔਰ ਮਾਹੌਲ ਹੀ ਉਸ ਸਮੇਂ ਉਸ ਤਰ੍ਹਾਂ ਦਾ ਬਣਿਆ ਹੋਇਆ ਸੀ। ਬਾਬਾ ਜੀ ਬਹੁਤ ਬਹੁਤ ਮਿਹਰਬਾਨੀ, ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।